ਕਿਸਾਨ ਵੀਰੋ ਲੱਕੀ ਸੀਡ ਡਰਿੱਲ ਬਾਰੇ ਜਾਣਕਾਰੀ ਸਾਂਝੀ ਕਰਨੀ ਸੀ ਤੁਹਾਡੇ ਨਾਲ। ਝੋਨੇ ਦੀ ਸਿੱਧੀ ਬਿਜਾਈ ਲਈ ਇਸ ਵਾਰ ਮੈਂ ਲੱਕੀ ਸੀਡ ਡਰਿੱਲ ਪਰਚੇਜ਼ ਕੀਤੀ ਹੈ। ਇਸ ਮਾਡਲ ਦੇ ਵਿੱਚ 3 ਟਾਈਪ ਗੇਅਰ ਬਾਕਸ ਆਉਂਦਾ ਹੈ, ਲੋ, ਹਾਈ, ਮੀਡੀਅਮ। ਅਤੇ ਲੋ ਦੇ ਵਿੱਚ ਕੋਈ 6 ਕਿਲੋ ਬੀਜ ਗੇਅਰਦੀ ਹੈ ਅਤੇ ਹਾਈ ਦੇ ਵਿੱਚ 10 ਕਿਲੋ ਬੀਜ, ਅਤੇ ਮੀਡੀਅਮ 'ਤੇ ਸੈੱਟ ਕੀਤਾ ਮੈਂ ਇਸ ਨੂੰ। ਅਤੇ ਮੀਡੀਅਮ ਦੇ ਵਿੱਚ 8 ਕਿਲੋ ਬੀਜ ਗੇਅਰਦੀ ਹੈ 1 ਕਿੱਲੇ ਦਾ, ਅਤੇ 1 ਕਨਾਲ ਦੇ ਵਿੱਚ ਮੈਂ ਕਿਲੋ ਬੀਜ ਪਾ ਕੇ ਇਹਦਾ ਟਰਾਇਲ ਕਰ ਲਿਆ ਸੀ ਅਤੇ ਕੋਈ 8 ਕੁ ਕਿਲੋ ਐਵਰੇਜ ਬਣੀ ਸੀ ਕਿੱਲੇ ਦੀ, ਅਤੇ ਜਿੰਨੀ ਕੁ ਯੂਨੀਵਰਸਿਟੀ ਦੀ ਰਿਕਮੈਂਡੇਸ਼ਨ ਆ। ਅਤੇ ਸਾਨੂੰ ਵੱਧ ਥਾਂ ਦੇ ਵਿੱਚ ਘੇਰਨ ਤੋਂ ਪਹਿਲਾਂ ਸੀਡ ਰੇਟ ਜੋ ਉਹ ਸੈੱਟ ਕਰ ਲੈਣਾ ਚਾਹੀਦਾ ਵਾ ਤਾਂ ਕਿ ਬਾਅਦ ਦੇ ਵਿੱਚ ਕੋਈ ਦਿੱਕਤ ਨਾ ਆਏ। ਪ੍ਰੈਸ ਵੀਲ ਵਾਲਾ ਮਾਡਲ ਆ ਇਹ, ਅਤੇ ਪ੍ਰੈਸ ਵੀਲ ਦਾ ਫਾਇਦਾ ਇਹ ਹੋ ਜਾਂਦਾ ਵਾ ਵੀ ਇੱਕ ਤਾਂ ਨਾਲੋਂ ਨਾਲ ਜਦੋਂ ਮਿੱਟੀ ਨੱਪੀ ਜਾਂਦੀ ਆ ਛੇਤੀ ਗਿੱਲ ਨਹੀਂ ਜਾਂਦੀ ਮਿੱਟੀ ਦੇ ਵਿੱਚੋਂ, ਅਤੇ ਦੂਜਾ ਜਿਹੜੀ ਕਰੰਟ ਹੋਣ ਦੀ ਦਿੱਕਤ ਉਹ ਬਿਲਕੁਲ ਘੱਟ ਆਉਂਦੀ ਹੈ। ਅਤੇ 200 ਲੀਟਰ ਦਾ ਸਪਰੇਅ ਟੈਂਕ ਲੱਗਾ ਇਸ ਨੂੰ, ਅਤੇ ਜੇ ਅਸੀਂ ਇਸ ਤੋਂ ਵੱਡਾ ਲਗਵਾਉਣਾ ਚਾਹੁੰਦੇ ਹਾਂ ਮੋਡੀਫਿਕੇਸ਼ਨ ਕਰਵਾ ਕੇ ਅਤੇ ਉਹ ਲਗਵਾ ਸਕਦੇ ਹਾਂ। ਬਸ ਉਸ ਨਾਲ ਇੱਕ ਦਿੱਕਤ ਆਏਗੀ ਕਿ ਵੇਟ ਕਾਫੀ ਵੱਧ ਜਾਏਗਾ ਡਰਿੱਲ ਦਾ। ਅਤੇ ਟਰੈਕਟਰ ਦੀ ਬੈਟਰੀ ਤੋਂ ਕਨੈਕਸ਼ਨ ਦਿੱਤਾ ਸੀ ਡਰਿੱਲ ਦੀ ਮੋਟਰ ਨੂੰ, 12 ਵੋਲਟ ਦੀ ਮੋਟਰ ਆ ਇਹ, ਅਤੇ ਇਸ ਰੋਡ ਦੇ ਨਾਲ ਆਟੋਮੈਟਿਕ ਸਵਿੱਚ ਲੱਗਾ ਜਦੋਂ ਡਰਿੱਲ ਚੱਲਦੀ ਹੈ ਅਤੇ ਆਪਣੇ ਆਪ ਸਪਰੇਅ ਚਾਲੂ ਹੋ ਜਾਂਦੀ ਹੈ ਅਤੇ ਜਦੋਂ ਅਸੀਂ ਡਰਿੱਲ ਖਿਲਾਰਾਂਗੇ ਜਾਂ ਲਿਫਟ ਚੁੱਕਾਂਗੇ ਤਾਂ ਆਪਣੇ ਆਪ ਬੰਦ ਹੋ ਜਾਏਗੀ ਸਪਰੇਅ। ਅਤੇ 6 ਨੋਜ਼ਲਾਂ ਲੱਗੀਆਂ ਇਹ ਮਗਰ ਇਸ ਨੂੰ ਸਪਰੇਅ ਵਾਸਤੇ ਜੋ ਕਿ ਇੱਕ ਸਾਰ ਸਪਰੇਅ ਕਰਦੀਆਂ ਨੇ। ਝੋਨੇ ਤੋਂ ਇਲਾਵਾ ਅਸੀਂ ਇਸ ਦੇ ਨਾਲ ਕਣਕ ਵੀ ਘੇਰ ਸਕਦੇ ਹਾਂ। ਫਰੰਟ ਵਾਲੇ ਦੋ ਜੋ ਬੋਕਸ ਨੇ ਉਹ ਕਣਕ ਅਤੇ ਖਾਦ ਵਾਸਤੇ ਨੇ ਅਤੇ ਬੈਕ ਸਾਈਡ ਜੋ ਬੋਕਸ ਆ ਉਹ ਝੋਨੇ ਵਾਸਤੇ ਆ। ਝੋਨੇ ਤੋਂ ਇਲਾਵਾ ਉਸ ਬੋਕਸ ਦੇ ਨਾਲ ਅਸੀਂ ਪਲੇਟਾਂ ਚੇਂਜ ਕਰਕੇ ਸਰੋਂ, ਮੂੰਗੀ ਇਹ ਚੀਜ਼ਾਂ ਵੀ ਘੇਰ ਸਕਦੇ ਹਾਂ। ਅਤੇ ਜੇਕਰ ਰੇਟ ਦੀ ਗੱਲ ਕਰੀਏ 1,35,000 ਰੇਟ ਸੀ ਇਸ ਦਾ 2022 ਮਾਡਲ ਦਾ, ਅਤੇ ਥਿੰਦ ਮਕੈਨੀਕਲ ਵਰਕਸ ਅੰਮ੍ਰਿਤਸਰ ਦੀ ਬਣੀ ਆ ਇਹ, ਅਤੇ 6 ਕੁਇੰਟਲ 20 ਕਿਲੋ ਵੇਟ ਆ ਇਸ ਦਾ। ਅਤੇ 200 ਲੀਟਰ ਪਾਣੀ ਪਲੱਸ 50 ਕਿਲੋ ਖਾਦ ਪਾ ਕੇ ਆਲਮੋਸਟ 9 ਕੁ ਕੁਇੰਟਲ ਵੇਟ ਹੋ ਜਾਏਗਾ ਇਸ ਦਾ। ਇੱਕ ਗੱਲ ਮੈਨੂੰ ਇਸ ਦੀ ਬਹੁਤ ਵਧੀਆ ਲੱਗੀ, ਜਿਹੜੇ ਇਹਦੇ ਟਾਇਰਾਂ ਵਾਲੇ ਫਾਲੇ ਨੇ ਦੋਨੋਂ ਸਾਈਡ ਉਹ 1 ਇੰਚ ਨੀਵੇਂ ਰੱਖੇ ਗਏ ਨੇ ਦੂਜੇ ਫਾਲਿਆਂ ਨਾਲ, ਕਿਉਂਕਿ ਪਿਛਲੇ ਸਾਲ ਸਾਨੂੰ ਦਿੱਕਤ ਆਈ ਸੀ ਕਿ ਜੋ ਟਾਇਰਾਂ ਵਾਲੇ ਸਿਆੜੀ ਉਹ ਬਿਲਕੁਲ ਹੀ ਘੱਟ ਉੱਗੇ ਸੀ, ਸਾਨੂੰ ਬਾਅਦ ਦੇ ਵਿੱਚ ਪਨੀਰੀ ਨਾਲ ਉਹ ਲਾਉਣੇ ਪਏ ਸੀ। ਇੱਥੇ ਜਿੰਨੀ ਕੁ ਮਿੱਟੀ ਟਾਇਰ ਦੇ ਨਾਲ ਥੱਲੇ ਧੱਸਦੀ ਆ ਉਨਾ ਹੀ ਫਲਾਂ ਦੀ ਨਾਉਣ ਕਰਕੇ ਬੀਜ ਇੱਕ ਸਾਰ ਉੱਗਦਾ ਵਾ ਅਤੇ ਝੋਨਾ ਉੱਗਣ ਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ। ਅਤੇ ਸੋ ਕਿਸਾਨ ਵੀਰੋ, ਜਿਸ ਵੀ ਕਿਸੇ ਕਿਸਾਨ ਨੇ ਡਰਿੱਲ ਲੈਣੀ ਆ ਜਾਂ ਕੋਈ ਡਰਿੱਲ ਦੇ ਰਿਗਾਰਡਿੰਗ ਕੋਈ ਇਨਫੋਰਮੇਸ਼ਨ ਚਾਹੀਦੀ ਆ ਤਾਂ ਵੀਡੀਓ ਦੇ ਥੱਲੇ ਕਮੈਂਟ ਕਰਕੇ ਮੈਨੂੰ ਪੁੱਛ ਸਕਦਾ ਹੈ।